ਪਹਿਲਾਂ ਜਦੋਂ ਅਸੀਂ ਜੇਲ੍ਹ 24 ਘੰਟੇ ਸੀ, ਉਸ ਤੋਂ ਬਾਅਦ ਪਸ਼ੂਆਂ ਦੀ ਜਿਵੇਂ ਜਿਵੇਂ ਐਕਸਰਸਾਈਜ਼ ਘੱਟਦੀ ਗਈ 36 ਘੰਟੇ, ਹੁਣ ਪਸ਼ੂਆਂ ਦੀ ਜਿਹੜੀ ਜੇਲ੍ਹ ਪੈਣ ਦੀ ਟਾਈਮਿੰਗ ਹੈ ਉਹ 72 ਘੰਟੇ ਹੈ। ਜਦੋਂ 25 ਦਿਨ ਉਹਦੇ ਸੂਣ 'ਚ ਰਹਿ ਜਾਣ, ਉਹਨੂੰ ਤੁਸੀਂ 50 ਗ੍ਰਾਮ ਨਸਾਦਰ ਅਤੇ 25 ਗ੍ਰਾਮ ਲੂਣ ਕੰਟੀਨਿਊ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਸੋ ਅਕਸਰ ਆਪਾਂ ਜਿਵੇਂ ਦੇਖਦੇ ਹਾਂ ਕਿ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਆ, ਜਦੋਂ ਪਸ਼ੂ ਸੂੰਦਾ ਗਾ ਤਾਂ ਉਹਨਾਂ ਦੇ ਵਿੱਚ ਜੇਰ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਆ, ਵੀ ਜੇਰ ਅਟਕ ਜਾਂਦੀ ਆ, ਸਹੀ ਤਰੀਕੇ ਨਾਲ ਬਾਹਰ ਨਹੀਂ ਆਉਂਦੀ ਗੀ। ਅੱਜ ਆਪਾਂ ਉਸੇ ਬਾਰੇ ਜਾਣਕਾਰੀ ਦੇਵਾਂਗੇ ਤੇ ਬਾਈ ਪ੍ਰਵਿੰਦਰ ਆਪਣੇ ਨਾਲ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ, ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਫਾਰਮਰ ਭਰਾ ਹੁੰਦੇ ਆ ਆਪਣੇ, ਬਾਈ ਹੱਥ ਨਾਲ ਜੇਰ ਕਢਾਉਣੀ ਪੈ ਜਾਂਦੀ ਹੈ ਨਾ, ਦੁੱਧ ਤੇ ਨਹੀਂ ਆਉਂਦਾ ਪਸ਼ੂ, ਕੀ ਕਾਰਨ ਰਹਿ ਜਾਂਦੇ ਆ ਬਾਈ ਤੇ ਕੀ ਹੱਲ ਕਰ ਸਕਦੇ ਆ ਉਹ? ਦੇਖੋ, ਜੇਰ ਨਾ ਪੈਣ ਦੇ ਕਾਰਨ ਹੁੰਦੇ ਆ ਵੀ ਜਿਵੇਂ ਮੰਨ ਲਓ ਵੀ ਆਪਣਾ ਖਾਣ ਪਾਣ ਪਸ਼ੂਆਂ ਦਾ ਜਿਹੜਾ ਸਹੀ ਨਹੀਂ ਹੈਗਾ, ਤੇ ਦੂਸਰੀ ਗੱਲ ਆ ਜਾਂਦੀ ਹੈ ਜੀ ਆ ਜਦੋਂ ਜੇਰ ਨਹੀਂ ਪਈ ਤਾਂ ਪਸ਼ੂ ਪਾਲਕ ਜਿਹੜਾ ਆਪਣਾ ਭਾਈ ਹੈ ਉਹ ਕੀ ਕਰਦਾ ਗਾ ਵੀ ਇੰਨਾ ਘਬਰਾ ਜਾਂਦਾ ਵੀ ਯਾਨੀ ਪਤਾ ਨਹੀਂ ਕੀ ਹੁਣ ਪਸ਼ੂ ਦੀ ਮੌਤ ਹੋ ਜੂਗੀ। ਉਹ ਕੀ ਕਰਦੇ ਨੇ, ਪ੍ਰਾਈਵੇਟ ਡਾਕਟਰਸ ਨੂੰ ਜਾਂ ਪੈਰਾਵੇਟ ਨੂੰ ਇਹਨਾਂ ਨੂੰ ਬੁਲਾ ਲੈਂਦੇ ਆ, ਤੇ ਇਹਨਾਂ ਨੂੰ ਬੁਲਾਉਣ ਤੋਂ ਬਾਅਦ ਉਹ ਕੀ ਕਰਦੇ ਆ ਕਿ ਪਸ਼ੂ ਦੀ ਜੇਰ ਜ਼ਬਰਦਸਤੀ ਕੱਢਣਾ ਸ਼ੁਰੂ ਕਰ ਦਿੰਦੇ ਆ, ਜਿਹਦੇ ਨਾਲ ਪਸ਼ੂਆਂ ਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ। ਕਿਉਂ? ਇੱਕ ਤਾਂ ਇਨਫੈਕਸ਼ਨ ਆ ਅੰਦਰ ਹੀ ਪੈ ਗਈ, ਬਾਹਰੋਂ ਜਦੋਂ ਉਹ ਅੰਦਰ ਹੱਥ ਪਾਉਂਦੇ ਆ ਤਾਂ ਅਨੇਕਾਂ ਪ੍ਰਕਾਰ ਦੀਆਂ ਇਨਫੈਕਸ਼ਨਾਂ ਪੈ ਜਾਂਦੀਆਂ। ਸੋ ਕਦੇ ਵੀ ਇਹਦੇ ਵਾਸਤੇ ਡਰਨਾ ਨਹੀਂ ਚਾਹੀਦਾ, ਕਿਉਂਕਿ ਮੈਂ ਆਪਦੀ ਕਾਫੀ ਪਸ਼ੂ ਪਹਿਲਾਂ ਖਰਾਬ ਕਰ ਚੁੱਕੇ ਹਾਂ ਇਸੇ, ਕਿਉਂਕਿ ਮੈਨੂੰ ਉਦੋਂ ਇਸ ਚੀਜ਼ ਦੀ ਨੌਲੇਜ ਨਹੀਂ ਸੀਗੀ। ਪਰ ਜੇਰ ਕਦੇ ਵਾਸਤੇ ਵੀ ਆਪਾਂ ਨੂੰ ਕਢਵਾਉਣੀ ਨਹੀਂ ਚਾਹੀਦੀ। ਜਦੋਂ ਵੀ ਜੇਰ ਪਸ਼ੂ ਸੂ ਪਿਆ, ਜੇਰ ਜਦੋਂ ਪਸ਼ੂ ਸੂ ਪੈਂਦਾ ਉਸ ਤੋਂ ਬਾਅਦ ਆਪਾਂ ਨੂੰ ਕੀ ਕਰਨਾ ਚਾਹੀਦਾ, ਉਹਦੇ ਬੱਚੇ ਨੂੰ ਨਾਲ ਦੀ ਨਾਲ ਜਦੋਂ ਬੱਚਾ ਖੜਾ ਹੋ ਗਿਆ ਉਹਨੂੰ ਦੁੱਧ ਪਿਆਓ। ਦੁੱਧ ਪਿਆਉਣ ਤੋਂ ਬਾਅਦ ਉਸ ਪਸ਼ੂ ਜੋ ਹੈ ਰਿਲੈਕਸ ਹੋ ਕੇ ਬੈਠ ਜਾਂਦਾ, ਜਿਹਦੇ ਨਾਲ ਜੇਰ ਪੈਣ ਲੱਗ ਜਾਂਦਾ। ਇੱਕ ਨਾ ਬਾਈ, ਇੱਥੇ ਸਵਾਲ ਇਹ ਜ਼ਰੂਰ ਰਹਿੰਦਾ ਗਾ ਕਿ ਬਹੁਤੇ ਕਹਿੰਦੇ ਆ ਬਾਈ ਯਾਰ ਦੁੱਧ ਨਹੀਂ ਪਿਆਉਣਾ ਚਾਹੀਦਾ, ਜਦੋਂ ਮੰਨ ਕੇ ਚੱਲੋ ਵੀ ਪ੍ਰੈਸ਼ਰ ਹੁੰਦਾ ਗਾ ਦੁੱਧ ਦਾ, ਵੀ ਕਹਿੰਦੇ ਜੇ ਦੁੱਧ ਨਾ ਪਿਆਵਾਂਗੇ ਤਾਂ ਫਿਰ ਜੇਰ ਪਊਗੀ, ਇਹ ਸਵਾਲ ਬਹੁਤ ਵੱਡਾ ਰਹਿੰਦਾ ਗਾ, ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੇ ਜਿਹੜਾ ਦੁੱਧ ਹੈ ਉਹ ਜਿਹੜਾ ਮਾਂ ਦਾ ਦੁੱਧ ਹੈ ਉਹ ਬੱਚੇ ਵਾਸਤੇ ਬਣਿਆ, ਕਿਉਂਕਿ ਬੱਚੇ ਦੇ ਅੰਦਰ ਪੇਟ ਦੇ ਅੰਦਰ ਸ਼ੁਰੂ ਤੋਂ ਹੀ ਅੰਦਰ ਹੀ ਆਂਤੜਾਂ 'ਚ ਜਿਹੜੇ ਹੈਗੇ ਉਹ ਕੀੜੇ ਹੁੰਦੇ ਆ। ਜਦੋਂ ਆਪਾਂ ਪਹਿਲੀ ਬੋਲੀ ਉਹਨੂੰ ਪਿਆ ਦਿੰਦੇ ਹਾਂ ਤੇ ਉਹ ਜਿਹਨੂੰ ਆਪਾਂ ਡਾਸਾ ਕਹਿੰਦੇ ਉਹ ਡਾਸਾ ਕਰ ਦਿੰਦਾ, ਤੇ ਜਿਹੜੇ ਜਿੰਨੇ ਵੀ ਉਹ ਅੰਦਰ ਕੀੜੇ ਉਹ ਬਾਹਰ ਹੋ ਜਾਂਦੇ। ਬਾਕੀ ਦੁੱਧ ਆਪਾਂ ਨੂੰ ਵੈਸੇ ਕੱਢ ਕੇ ਕੋਈ ਅੱਡ ਆਪਾਂ ਵਰਤ ਸਕਦੇ ਹਾਂ, ਪਰ ਉਹ ਪਸ਼ੂ ਨੂੰ ਨਾ ਪਿਆਓ ਕਦੇ ਵਾਸਤੇ ਵੀ, ਕਿਉਂਕਿ ਪਸ਼ੂ ਨੂੰ ਤੇਜ਼ਾਬੀ ਬਿਮਾਰੀ ਹੋਣ ਕਰਕੇ ਉਹ ਪੱਠੇ ਕਈ ਦਿਨ ਘੱਟ ਖਾਂਦਾ ਗਾ ਇਸੇ ਚੱਕਰ 'ਚ। ਠੀਕ ਹੈ, ਕਿਉਂਕਿ ਰੂਮਣ ਵਗੈਰਾ ਪੇਟ ਹੁੰਦਾ ਜੀ। ਹਾਂਜੀ, ਕਿਉਂਕਿ ਉਹ ਬਹੁਤ ਸਟਰੋਂਗ ਹੁੰਦਾ। ਹਾਂਜੀ, ਤੇ ਇਹ ਇੱਕ ਤਾਂ ਹੋ ਗਿਆ ਜੀ, ਆਪਾਂ ਫਿਰ ਕਰਨਾ ਕੀ ਚਾਹੀਦਾ ਜੀ? ਮੰਨ ਲਓ ਜੇਰ ਆ ਜਿਹੜੀ ਉਹ ਸੌਖੀ ਪੈ ਜੇ ਤੇ ਪ੍ਰੋਬਲਮ ਨਾ ਆਵੇ, ਜਿਵੇਂ ਤੁਸੀਂ ਦੱਸਿਆ ਵੀ ਹੱਥ ਨਾਲ ਆ ਜਿਹੜੀ ਜੇਰ ਉਹ ਨਹੀਂ ਕੱਢਣੀ ਚਾਹੀਦੀ, ਕਿਉਂਕਿ ਇਨਫੈਕਸ਼ਨ ਆ ਜਿਹੜੀ ਉਹ ਜ਼ਿਆਦਾ ਫੈਲ ਜਾਂਦੀ ਆ ਤੇ ਦੁੱਧ ਤੇ ਨਹੀਂ ਆਉਂਦਾ ਪਸ਼ੂ, ਹਨਾ, ਫਿਰ ਕੀ ਕਰਨਾ ਚਾਹੀਦਾ ਵੀ ਜੇਰ ਦੇ ਵਿੱਚ ਨਾ ਆਉਣ ਦਾ ਕਾਰਨ ਇਹ ਕਿ ਜੇਰ ਹੱਥ ਨਾਲ ਕਢਵਾਈ ਗਈ ਹੈ, ਉਸ ਤੋਂ ਬਾਅਦ ਉਹ ਪਸ਼ੂ ਜੀ ਬਾਂਝ ਪੰਚ ਵੀ ਚਲਾ ਜਾਂਦਾ। ਜੇ ਪਸ਼ੂ ਦੀ ਜੇਰ ਨਹੀਂ ਪੈ ਰਹੀ ਤਾਂ ਕੋਈ ਵੱਡੀ ਡਰਨ ਦੀ ਕੋਈ ਗੱਲ ਨਹੀਂ ਹੈ, ਤੁਸੀਂ ਉਸ ਨੂੰ ਉੱਥੇ ਛੱਡ ਦਿਓ। ਪਹਿਲਾਂ ਜਦੋਂ ਅਸੀਂ ਜੇਰ 24 ਘੰਟੇ ਸੀ, ਉਸ ਤੋਂ ਬਾਅਦ ਪਸ਼ੂਆਂ ਦੀ ਜਿਵੇਂ ਜਿਵੇਂ ਐਕਸਰਸਾਈਜ਼ ਘੱਟਦੀ ਗਈ 36 ਘੰਟੇ, ਹੁਣ ਪਸ਼ੂਆਂ ਦੀ ਜਿਹੜੀ ਜੇਰ ਪੈਣ ਦੀ ਟਾਈਮਿੰਗ ਹੈ ਉਹ 72 ਘੰਟੇ ਹੈ। ਅੱਛਾ, 72 ਘੰਟਿਆਂ ਤੱਕ ਜਿਹੜੀ ਜੇਰ ਆ ਜੀ ਉਹ ਮਤਲਬ ਕਹਿ ਸਕਦੇ ਹਾਂ ਵੀ ਪੈ ਸਕਦੀ ਹੈ 72 ਘੰਟਿਆਂ ਤੱਕ? ਨਹੀਂ ਪਊਗੀ ਜੀ, ਉਹ ਅੰਦਰੋਂ ਜੇਰ ਹੈਗੀ ਆ ਉਹ ਗਲਣਾ ਸ਼ੁਰੂ ਹੋ ਜਾਂਦੀ ਹੈ, ਗਲਣ ਤੋਂ ਬਾਅਦ ਉਹ 72 ਘੰਟਿਆਂ ਬਾਅਦ ਆਪ ਹੀ ਲਿਕੁਇਡ ਫਾਰਮ ਦੇ ਵਿੱਚ ਜਾਂ ਉਸ ਤਰੀਕੇ ਨਾਲ ਉਹ ਬਾਹਰ ਨਿਕਲ ਜਾਂਦੀ ਹੈ। ਜੇਰ ਆਪਦੇ ਜਿਹੜੀ ਜੇਰ 9 ਮਹੀਨੇ ਗਾਂ ਦੇ 10 ਮਹੀਨੇ ਮੱਝ ਦੇ ਅੰਦਰ ਰਹਿ ਚੁੱਕੀ ਹੈ ਤੇ ਉਹ ਜੇ 2-4 ਦਿਨ ਵੈਸੇ ਰਹਿ ਜਾਏਗੀ ਤਾਂ ਕੀ ਪ੍ਰੋਬਲਮ ਆ ਜਾਏਗੀ, ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਤੁਸੀਂ ਕਿਸੇ ਵੀ ਮਾਹਰ ਵੈਟਨਰੀ ਆਫੀਸਰ ਤੋਂ ਇਸ ਚੀਜ਼ ਦੀ ਸਲਾਹ ਲੈ ਸਕਦੇ ਹੋ ਵੀ ਸਾਨੂੰ ਜੇਰ ਬਾਰੇ ਕੀ ਕਰਨਾ ਚਾਹੀਦਾ, ਉਹ ਤੁਹਾਨੂੰ ਇਹੀ ਸਲਾਹ ਦੇਣਗੇ ਵੀ ਜੇਰ ਨਾ ਕਢਵਾਓ, ਜੇਰ ਨੂੰ ਆਪੇ ਆਪ 72 ਘੰਟੇ ਤੱਕ ਪੈਣ ਦੋ, ਕੋਈ ਡਰਨ ਵਾਲੀ ਕੋਈ ਗੱਲ ਹੈ। ਜਿਵੇਂ ਆਪਾਂ ਗੁੜ ਧਰਦੇ ਨੇ ਉਹਦੇ ਨਾਲ ਗਲੂਕੋਸ ਬਣਦਾ, એનર્ਜੀ ਬਣਦੀ ਹੈ ਜੀ ਉਹ ਚੀਜ਼ ਨਾਲ? એનર્ਜੀ ਦਾ ਦੇਖੋ ਜੀ, ਉਹ ਤਾਂ ਤੁਸੀਂ ਦੇ ਸਕਦੇ ਹੋ ਪਰ ਇਹੋ ਜਿਹੀਆਂ ਚੀਜ਼ਾਂ ਨਾ ਦਿਓ ਜਿਹਦੇ ਨਾਲ ਉਹਦੇ ਮਤਲਬ ਵੀ ਜੇਰ ਕਢਾਉਣ ਵਾਸਤੇ, ਜਿਵੇਂ ਕਿ ਗੁੜ ਜਿਹੜੀ ਡਾਇਟ ਹੈ ਉਹ ਮੇਨ 100 ਗ੍ਰਾਮ ਹੀ ਇੱਕ ਦਿਨ ਦੀ ਹੈ ਤੇ ਆਮ ਆਪਾਂ ਦੇਖਿਆ ਹੋਊਗਾ ਆਪਣੇ ਘਰਾਂ 'ਚ ਵੀ ਅੱਧਾ ਅੱਧਾ ਕਿਲੋ 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 ਇਕੱਠਾ ਖਵਾਈ ਜਾਂਦੇ, ਉਹ ਨੁਕਸਾਨ ਹੀ ਕਰੂਗਾ ਪਸ਼ੂ ਨੂੰ। ਅੱਛਾ, ਇਹ ਵੀ ਇੱਕ ਉਹ ਕਾਰਨ ਹੈਗਾ ਜੀ। ਠੀਕ ਹੈ, ਯਾਨੀ ਕਿ ਤੁਸੀਂ ਦੱਸਿਆ ਵੀ ਜਿਵੇਂ 72 ਘੰਟਿਆਂ ਤੱਕ ਜੇਰ ਜੇ ਨਹੀਂ ਵੀ ਪੈਂਦੀ, ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ, ਉਹ ਆਪ ਹੀ ਪਊਗੀ। ਐਵੇਂ ਕਰਨੀ ਸ਼ੁਰੂ ਕਰੋ ਜਿਵੇਂ ਸੂਣ ਦੇ ਵਿੱਚ 2 ਮਹੀਨੇ ਰਹਿ ਗਏ ਜੀ, ਬਿਲਕੁਲ ਜੀ, ਉੱਥੇ ਸ਼ੁਰੂ ਕਰਨੀ ਚਾਹੀਦੀ ਆ ਆਪਾਂ। ਆਪਾਂ ਨੂੰ ਕੋਈ ਵੀ ਚੀਜ਼ ਆਪਾਂ ਦਿੰਨੇ ਆ, ਪੂਰੀ ਖੁਰਾਕ ਦਿੰਨੇ ਆ ਪਸ਼ੂਆਂ ਨੂੰ 25 ਦਿਨਾਂ, ਜਦੋਂ 25 ਦਿਨ ਉਹਦੇ ਸੂਣ 'ਚ ਰਹਿ ਜਾਣ, ਉਹਨੂੰ ਤੁਸੀਂ 50 ਗ੍ਰਾਮ ਨਸਾਦਰ ਤੇ 25 ਗ੍ਰਾਮ ਲੂਣ ਕੰਟੀਨਿਊ ਦਿਓ, ਤੇ ਉਹਦੇ ਨਾਲ ਤੁਹਾਡਾ ਕੀ ਹੋਏਗਾ ਕਿ ਪਸ਼ੂ ਜਿਹੜਾ ਸੂਵੇਗਾ ਵੀ ਵਧੀਆ ਤਰੀਕੇ ਦੇ ਨਾਲ ਤੇ ਜੇਰ ਵੀ ਜਿਹੜੀ ਹੈਗੀ ਆ ਪ੍ਰੋਪਰ 4-5 ਘੰਟੇ ਦੇ ਅੰਦਰ ਪੈ ਜਾਏਗੀ। ਪੈ ਜਾਊਗੀ ਜੀ, ਇਸ ਲਈ ਡਾਇਟ ਹੀ ਜੀ ਮੇਨ ਹੈ, ਜਦੋਂ ਜਿੰਨਾ ਚਿਰ ਡਾਇਟ ਨਹੀਂ ਨਾ ਉਹਨਾਂ ਚਿਰ ਕੁਛ ਵੀ ਨਹੀਂ ਹੈ। ਠੀਕ ਹੈ ਜੀ, ਸੋ
ਜਿਵੇਂ ਕਿ ਕੁਛ ਆਪਾਂ ਹਮੇਸ਼ਾ ਤੁਹਾਡੇ ਵਾਸਤੇ ਕੁਛ ਨਵਾਂ ਨਵਾਂ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਬਾਈ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਨੇ। ਜੇਕਰ ਤੁਹਾਡਾ ਕੋਈ ਸਵਾਲ ਹੋਇਆ ਕੋਈ ਕਮੈਂਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਾਈ ਆਹ ਚੀਜ਼ ਹੋਣੀ ਚਾਹੀਦੀ ਸੀ, ਆਹ ਗੱਲਬਾਤ ਹੋਣੀ ਚਾਹੀਦੀ ਸੀਗੀ, ਤਾਂ ਆਪਾਂ ਉਸ ਚੀਜ਼ 'ਤੇ ਵੀਡੀਓ ਬਣਾ ਦਾਂਗੇ ਤੁਹਾਡੀ। ਠੀਕ ਹੈ ਜੀ। ਸੋ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਾਈ, ਧੰਨਵਾਦ।